इस वक्त बैठे हुए ने पिंड मैत थाना मैतपुर के नाल लगते पिंड छोले के कुछ परिवार के मैंबर साढ़े नाल बैठे हुए ने। इन्हों का कोई झगड़ा से की गलबात आप इन्होंने को जानते हैं। हाँ जी भैन जी, की नाम की तुहाडा जी? मेरा नाम जसविंदर कौर। की गल की हुई तुहाडी जी, की रौला कहदा पिया तुहाडा? छोटी मोटी गल सी, बच्चे लड़े सन, उन्होंने तो बहुत ज़्यादा इन्होंने खलारा पाया। मेरे घर वाले 3 बजे तेल लैके खेत में गया, इंजन चलाया, इंजन चला के वापस मुड़न लग्या। 7 बजे घरे आन लग्या, इन्होंने अगो हथियार तिखे करके तैयारी। बंदे अगो के नाम की सी? उन्होंने नाम एक बगतौर सिंह, एक प्रताप सिंह, सावन सिंह, एक रणजीत सिंह, जसविंदर सिंह। इस तरह भी अपने मैं क्या आपदे यार बहुत रौला पै रहा, ये क्या हो रहा है? वो कहंदी मम्मी लड़ाई बहुत पाई खड़े है। असीं भज के गईयां ते सानू भी उन्होंने मार कुट कीती ते भज गए दौड़ गए। अच्छा, किन्ने क बंदे सी ओ सारे जिहड़े मारकुट कर रहे सी? ये 15-16 जने सी, घट तो घट भी 20 जने होणगे जिहड़े साडे घर नूं पए। अच्छा, जिहड़े साडे पए आ। उस तों बाद की फिर तुसीं कोई थाणे वगैरह गए आ कोई, की बणिया तुहाडे केस दा? साडे थाणे वालिआं ने गल ही नहीं सुनी, उधर आई पुलिस साडे वल नहीं आई, साडे वल कोई मौका नहीं वेखण आई की होया की नहीं होया। ਤਾਡੀ ਉਹਨਾਂ ਨੇ ਕੋਈ ਆਪਣੀਆਂ ਕੋਈ ਸੱਤਾਂ ਸੱਤਾਂ ਨੇ ਇੱਕ ਰਿਪੋਰਟ ਵੀ ਬਣਾਈ ਹੈ ਥਾਣੇ ਦੇ ਵਿੱਚ ਕੋਈ? ਹਾਂਜੀ, ਰਿਪੋਰਟਾਂ ਉਹਨਾਂ ਨੇ ਲਿਜਾਏ ਸਾਡੇ ਤੇ ਬਣਵਾਈਆਂ। ਅੱਛਾ ਜੀ, ਹਾਂਜੀ। ਤੇ ਤੁਹਾਡੀ ਕੋਈ ਤੁਸੀਂ ਥਾਣੇ ਵਾਲਿਆਂ ਤੁਹਾਡੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ? ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕੋਈ ਥਾਣੇ ਵਾਲਿਆਂ ਨੇ ਕੋਈ ਕਿ ਨਹੀਂ? ਕੋਈ ਨਹੀਂ ਗੱਲ ਕੀਤੀ, ਕੋਈ ਵੀ ਨਹੀਂ ਸਾਡੇ ਨਾਲ ਸਹਿਮਤੀ ਗੱਲ ਕੀਤੀ ਕਿ ਤੁਸੀਂ ਆਓ ਤੁਹਾਡੀ ਅਸੀਂ ਸੁਣਾਂਗੇ, ਤੁਹਾਡੇ ਨਾਲ ਅਸੀਂ ਗੱਲਬਾਤ ਬੈਠ ਕੇ ਕਰਾਂਗੇ। ਸਾਡੀ ਕੋਈ ਵੀ ਨਹੀਂ ਸੁਣਾਈ ਹੋਈ ਕੋਈ, ਅਸੀਂ ਥਾਣੇ ਵੜਨ ਜੋਗੇ ਰਹਿ ਨਹੀਂ ਗਏ ਨਾ, ਸਾਨੂੰ ਵੜਨ ਦਿੰਦੇ ਸੀ। ਸਾਨੂੰ ਬਹੁਤ ਧਮਕੀਆਂ ਦਿੱਤੀਆਂ ਉਹਨਾਂ ਨੇ, ਸਾਨੂੰ 2 ਮਹੀਨੇ ਉਹਨਾਂ ਨੇ ਇੰਨਾ ਖੱਜਲ ਕੀਤਾ ਕਿ ਰਹਿ ਰੱਬ ਦਾ ਨਾਂ। ਜੇ ਕਿ ਕੋਈ ਸਾਡੇ ਪਸ਼ੂਆਂ ਨੂੰ ਪੱਠੇ ਪਾਉਣ ਆਉਂਦਾ ਸੀ, ਜੇ ਕੋਈ ਪਾਣੀ ਪਿਆਉਣ ਆਉਂਦਾ ਸੀ, ਉਹਨਾਂ 'ਤੇ ਵੀ 57 ਕਰ ਦਿੰਦੇ ਸੀ। ਅੱਛਾ ਜੀ, ਕੀ ਬੇਨਤੀ ਕਰਦੇ ਹੋ? ਤੁਹਾਡੀ ਵੀਡੀਓ ਸੀਨੀਅਰ ਪ੍ਰਸ਼ਾਸਨ ਨੇ ਦੇਖਣੀ ਹੈ, ਸਾਰੇ ਵੱਡੇ ਅਫਸਰਾਂ ਨੇ ਦੇਖਣੀ ਹੈ, ਕੀ ਬੇਨਤੀ ਕਰਦੇ ਹੋ ਤੁਸੀਂ, ਕੀ ਮੰਗ ਕਰਦੇ ਹੋ? ਸਾਡੀ ਮੰਗ ਇਹੋ ਹੀ ਹੈ ਕਿ ਜਿਹੜੇ ਸਾਡੇ ਨਜਾਇਜ਼ ਸਾਡੇ 'ਤੇ ਪਰਚੇ ਕਰਵਾਏ ਹੋਏ ਨੇ, ਉਹ ਸਾਨੂੰ ਮਾਫ਼ ਹੋਣੇ ਚਾਹੀਦੇ। ਅੱਛਾ ਜੀ, ਹਾਂਜੀ, ਬਹੁਤ ਧੱਕਾ ਹੋ ਗਿਆ, ਬਹੁਤ ਧੱਕਾ ਹੋ ਗਿਆ ਸਾਡੇ ਨਾਲ। ਮੇਰੇ ਬੇਟੇ ਨੂੰ ਪਿੰਡ ਤੋਂ ਬਾਹਰ ਇਹਨਾਂ ਨੇ ਫੜ ਕੇ ਲਿਆਂਦਾ, ਨਾਲ ਉਹ ਗਏ ਫੜਨ ਵਾਸਤੇ ਜਿਹੜੇ ਸੀ ਇਹ ਸਾਡੇ ਗਹਿਰੀ ਦੁਸ਼ਮਣ, ਉਹਨਾਂ ਨੇ ਭੱਜ ਕੇ ਫੜਿਆ ਉਹਨੂੰ ਤੇ ਉਸ ਦੀ ਲੱਤ ਟੁੱਟ ਗਈ, ਗਿੱਟਾ ਉਸ ਦਾ ਟੁੱਟ ਗਿਆ, ਉਹ ਅਜੇ ਸਹੀ ਨਹੀਂ ਜੁੜਿਆ, ਉਸ ਦਾ ਅਸ਼ਕਰਾ ਥਾਣੇ ਵਿੱਚ ਪਿਆ। ਲੜਾਈ ਥੋੜੀ ਮਾੜੀ ਮੋਟੀ ਸੀ ਆਪਸ ਚ, ਇਹਨਾਂ ਨੇ ਅਸੀਂ ਇਹਨਾਂ ਦੇ ਘਰ ਤੋਂ ਰਹਿੰਦੇ ਹਾਂ ਕਾਫੀ ਦੂਰ, ਜਾਣੀ ਕਿ ਵਿੱਚੋਂ 8-10 ਕਿੱਲੇ ਬਣ ਜਾਂਦੇ ਆ। ਇਹਨਾਂ ਨੇ ਨਜਾਇਜ਼ ਮੇਰਾ ਨਾਂ, ਮੇਰੇ ਬੱਚੇ ਦਾ ਨਾਂ, ਇੱਕ ਮੇਰਾ ਬੱਚਾ ਗੁੰਗਾ ਬੋਲਾ ਬੋਲ ਨਹੀਂ ਸਕਦਾ ਬਿਲਕੁਲ, ਠੀਕ ਹੈ। ਉਹ ਰਾਤੀ 10:30 ਵਜੇ ਤੋਂ ਦੁਕਾਨ ਤੋਂ ਆਇਆ ਹੈ, ਕਟਿੰਗ ਦਾ ਕੰਮ ਕਰਦਾ ਹੈ, ਉਸ ਮੇਰੇ ਬੱਚੇ ਦਾ ਨਾਂ ਵਿੱਚ ਨਾਂ ਦੇ ਦਿੱਤਾ ਅਤੇ ਇਹਨਾਂ ਨੇ ਬਹੁਤ ਧੱਕਾ ਕੀਤਾ। ਉਦੋਂ ਪਹਿਲਾਂ ਸਾਡੇ ਨਾਲ ਇਹਨਾਂ ਨੇ ਲੜਾਈ ਕੀਤੀ ਸੀਗੀ, ਸਾਡੀ ਪੁਲਿਸ ਪ੍ਰਸ਼ਾਸਨ ਨੇ ਬਿਲਕੁਲ ਨਹੀਂ ਸੁਣੀ, ਠੀਕ ਹੈ। 2016 ਦੀ ਗੱਲ ਆ, 16 ਦੀ ਇਹਨਾਂ ਦੇ ਅਜੇ ਤੱਕ ਇਨਕੁਆਇਰੀ ਕੀਤੀ, ਇਹਨਾਂ ਅਸੀਂ ਬੜਾ ਕੁਛ ਕੀਤਾ, ਸਾਡੀ ਨਹੀਂ ਸੁਣਾਈ ਹੋਈ। ਇਹਨਾਂ ਪੁਲਿਸ ਵਾਲਿਆਂ ਨੇ ਅਜੇ ਤੱਕ ਉਹਨਾਂ ਦੀ 7 ਕਵਾਇਆ ਛੱਡ ਉਹਨਾਂ ਕੁਛ ਵੀ ਨਹੀਂ ਕੀਤਾ, ਸਾਨੂੰ ਕਹਿੰਦੇ ਸੀ ਕ੍ਰੋਸ ਪਰਚਾ ਆ। 2016 ਦੀ ਗੱਲ ਆ, ਤੇ ਹੁਣ ਉਦੋਂ ਬਾਅਦ ਉਹਨਾਂ ਲੜਾਈ ਕੀਤੀ, ਜਦੋਂ ਲੜਾਈ ਕਰਦੇ ਆ ਕਰਨੈਲਕਿਆਂ ਨੂੰ ਵਿੱਚ ਗੰਢਦੇ ਨੇ ਸਾਡੀ ਲੜਾਈ ਨਾਲ, ਜਿਹਦੇ ਮਾੜਾ ਮੋਟਾ ਸਾਡੇ ਨਾਲ ਬੋਲਦੇ ਤੇ ਸਾਨੂੰ ਕਰਨੈਲਕਿਆਂ ਨਾਲ ਉਹਨਾਂ ਨਾਲ ਮੜ ਦਿੰਦੇ ਆ। ਤੇ ਮੇਰਾ ਬ੍ਰਦਰ ਆ ਇਹਨਾਂ ਦੇ ਘਰ ਤੋਂ 3-4 ਕਿਲੋਮੀਟਰ ਪਾਸੇ ਆ, ਉਹਨੂੰ ਉਹਦੇ ਨਾਂ ਵਿੱਚ ਦੇ ਦਿੱਤਾ, ਜਸਵੰਤ ਸਿੰਘ ਦਾ ਤੇ ਮਨਜੀਤ ਸਿੰਘ ਦਾ, ਉਹਨਾਂ ਨੂੰ ਰਾਤ ਨੂੰ 10-11 ਵਜੇ ਜਿਹੜਾ ਟਾਈਮ ਸੀਗਾ, ਉਹਨਾਂ ਨੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੋਇਆ, ਉਹਨਾਂ ਵਿੱਚ ਨਜਾਇਜ਼ ਨਾਂ ਦੇ ਤੇ ਹੁਣ ਇਸ ਟਾਈਮ ਕੱਟ ਕੇ ਆਇਆ ਵਿੱਚੋਂ ਜੇਲ੍ਹ ਵਿੱਚੋਂ, ਹੁਣ ਜ਼ਮਾਨਤਾਂ ਹੋਈਆਂ। ਤੇ ਹੁਣ ਉਲਟਾ ਪਤਾ ਕੀ ਕਹਿੰਦੇ ਆ, ਵੀ ਜਿਹਨਾਂ ਦੀ ਇੱਥੋਂ ਜ਼ਮਾਨਤਾਂ ਹੋਈਆਂ, ਪੁਲਿਸ ਮੁਲਾਜ਼ਮ ਕਹਿੰਦੇ ਤੁਸੀਂ ਤੁਹਾਨੂੰ ਚੁੱਕ ਲੈਣਾ ਆ, ਦੁਬਾਰਾ ਤੁਹਾਡੇ 'ਚ ਅਸੀਂ ਪਰਚਾ ਕਰਨਾ ਆ, ਠੀਕ ਹੈ, ਜੇ 307 ਲੱਗੀ ਆ ਇਹਦੀ ਜ਼ਮਾਨਤਾਂ ਕਰਾਓ। ਓਕੇ, ਨਹੀਂ ਵੀਰ ਜੀ, ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਜਾਇਜ਼ ਉਹਨਾਂ ਨੇ ਕੀਤਾ, ਨਜਾਇਜ਼ ਉਹਨਾਂ ਨੇ ਸੱਟਾਂ ਬਣਾਈਆਂ ਸਾਰਾ ਕੁਛ, ਕੀ ਤੁਸੀਂ ਕੋਈ ਇਨਕੁਆਇਰੀ ਦੀ ਮੰਗ ਵੀ ਕਰਦੇ ਹੋ ਸੀਨੀਅਰ ਪ੍ਰਸ਼ਾਸਨ ਨੂੰ, ਕੀ ਬੇਨਤੀ ਕਰਦੇ ਹੋ? ਅਸੀਂ ਇਹ ਕਹਿੰਦੇ ਵੀ ਸਾਡੇ ਇਸ ਮਸਲੇ ਦੀ ਇਨਕੁਆਇਰੀ ਕੀਤੀ ਜਾਵੇ, ਉੱਤੇ ਜਿਹੜੇ ਵੱਡੇ ਅਫਸਰ ਹੈਗੇ ਆ
ਉਹ ਸਾਡੀ ਸੁਣਾਈ ਕਰਨ ਗੌਰ ਨਾਲ ਐਸੇ ਤਾਂ ਸਾਡੀ ਸੁਣਾਈ ਕਰਦਾ ਨਹੀਂ ਬਿਲਕੁਲ ਸਾਡੇ ਨਾ ਘਰ ਸਾਡੇ 10 ਵਜੇ ਰਾਤ ਨੂੰ ਸਾਡੇ ਘਰ ਨੂੰ ਪੁਲਿਸ ਪਈ ਨਾਲੇ ਸਾਡੇ ਦੁਸ਼ਮਣ ਵੀ ਆਏ ਓਕੇ ਇਹਨਾਂ ਨੇ ਬਹੁਤ ਹੀ ਖਲਾਰਾ ਸਾਡਾ ਪਾਇਆ ਅੰਦਰੋਂ ਸਾਡਾ ਸਮਾਨ ਸੱਟ ਸੱਟ ਕੇ ਚਲਾ ਚਲਾ ਕੇ ਪੇਟੀ ਵਿੱਚ ਮਾਰਿਆ ਕੱਪੜਾ ਲੀੜਾ ਸਾਰਾ ਖਲਾਰਿਆ ਜੰਦਰਾ ਇਹਨਾਂ ਅਪਣਾਇਆ ਪ੍ਰਾਹੁਣਾ ਸਾਡਾ ਫੌਜੀ ਸੀ ਉਹਦੇ ਵੀ ਬਹੁਤ ਇਹਨਾਂ ਮਾੜੇ ਹਾਲਤ ਕੀਤੇ ਉਸ ਤੋਂ ਬਾਅਦ ਇੱਕ ਸਾਡਾ ਗਵਾਂਢੀ ਸੀ ਉਹਦੇ ਨਾਲ ਵੀ ਇਹਨਾਂ ਬਹੁਤ ਹਾਲ ਮਾੜਾ ਕੀਤਾ 57 ਉਹਦੇ ਤੇ ਵੀ ਕਰਤੀ ਤੁਹਾਡੇ ਗਵਾਂਢੀਆਂ ਤੇ ਵੀ ਹਾਂਜੀ ਗਵਾਂਢੀਆਂ ਤੇ ਵੀ ਮੁੰਡਾ ਸਾਡਾ ਫੌਜੀ ਸੀ ਉਹਦੇ ਸਿਰ ਵਿੱਚ ਇਹਨਾਂ ਨੇ 100 ਚੱਪਲ ਮਾਰੀ ਹਾਂਜੀ ਤੇ ਇਹਨਾਂ ਨੇ ਬਹੁਤ ਮੰਦੀ ਹਾਲਤ ਕੀਤੀ ਉੱਪਰ ਇਹਨਾਂ ਥੁੱਕਾਂ ਵੀ ਸਟਵਾਈਆਂ ਇਸ ਪੁਲਿਸ ਵਾਲਿਆਂ ਨੇ ਹਾਂਜੀ ਬਹੁਤ ਧੱਕਾ ਸਾਡੇ ਨਾਲ ਹੋਇਆ ਬਹੁਤ ਧੱਕਾ ਹੋਇਆ ਇਹਨਾਂ ਨੇ ਦਾਰੂ ਪੀਤੀ ਹੋਈ ਸੀ ਰੱਜ ਕੇ ਸ਼ਰਾਬ ਨਾਲ ਇਹਨਾਂ ਨੇ ਆਪਦੀ ਮਰਜ਼ੀ ਬਹੁਤ ਜ਼ਿਆਦਾ ਕੀਤੀ ਕਿ ਸਾਡੀਆਂ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਵੀ ਬਹੁਤ ਖੱਜਲ ਕੀਤਾ ਕੋਈ ਕਿਤੇ ਲੁਕੀ ਕੋਈ ਕਿਤੇ ਲੁਕੀ ਝੋਨੇ ਦੇ ਵਿੱਚ ਲੁਕੀਆਂ ਉਹਨਾਂ ਨੇ ਆਪਣੀ ਜਾਨ ਬਚਾਈ ਇਹਨਾਂ ਨੇ ਬਹੁਤ ਹੀ ਸਾਡੇ ਤੇ ਬਲੀਦਾਨ ਕੀਤਾ हमला किया जो बचाने गए थे सारे हमला कर दिया गया हूँ इन्हों की यही मांग आ कि इन्हों का केस जरा वा सारे केस द्वारा रीचेक किया जाए तो जो सीनियर प्रशासन वा जो इन्होंने केस की इंक्वायरी ला के जिन्हें भी ਜਿਹੜੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਨਜਾਇਜ਼ ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਜਿਹੜੀਆਂ ਨਜਾਇਜ਼ ਉਹਨਾਂ ਕੋਲੋਂ ਕੋਈ ਵੀ ਧਰਾਵਾਂ ਜਾਂ MLR ਦੇ ਥਰੂ ਜਿਹੜੀਆਂ ਬਣਾਈਆਂ ਗਈਆਂ ਨੇ ਸੱਟਾਂ ਜਿਹੜੀਆਂ ਲਵਾਈਆਂ ਗਈਆਂ ਨੇ ਨਜਾਇਜ਼ ਜਿਹੜੀਆਂ ਉਹਨਾਂ ਦੀ ਸਾਰੀ ਇਨਕੁਆਇਰੀ ਜਿਹੜੀ ਆ ਉਹ ਕੀਤੀ ਜਾਵੇ ਤਬਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ।